संगत मंडी अधीन बठिंडा डबवाली नैशनल हाईवे ते पिंड मछाणा कोल एक मोटरसाइकिल अते ट्राले दी टक्कर हो जाण नाल मोटरसाइकिल चालक दी मौत हो गई है। जानकारी अनुसार मोटरसाइकिल सवार मंदर सिंह जो अपने पिंड पक्का कलां तो संगत मंडी जा रहा सी, जदों उह पिंड मछाणा कोल पहुंचिया तां मंदर सिंह सड़क पार करन लग्या तां डबवाली वाले पास्यों आ रहे एक ट्राले ने उस नूं अपनी लपेट विच लै लिया। हादसा इन्ना भयानक होया कि मंदर सिंह ट्राले अते दरखत दे विचकार बुरी तरह फस गया, जिसनू काफी मुशक्कत तो बाद क्रेन दी मदद नाल बाहर कढ़िया गया। फिलहाल पुलिस मामले दी जांच कर रही है ते डेड बॉडी नू संगत सहारा दे वर्करा ने सिविल हस्पताल विच पहुंचाया है। की घटना घटी? ਇਹ ਜੀ ਮਛਾਣਾ ਬੱਸ ਅੱਡੇ ਦੇ ਉੱਤੇ ਇੱਕ ਟਰੈਕਟਰ ਦਾ ਟਰਾਲੇ ਦਾ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ। ਮੋਟਰਸਾਈਕਲ ਵਾਲੇ ਦੀ ਮੌਤ ਹੋ ਗਈ ਹੈ ਅਤੇ ਟਰੱਕ ਵਾਲਾ ਜਿਹੜਾ ਹੈਗਾ ਉਹ ਟਰੱਕ ਛੱਡ ਕੇ ਵੀਰੇ ਫਰਾਰ ਹੋ ਗਿਆ। ਜਿਹਦੀ ਮੌਤ ਹੋਈ ਉਹਦਾ ਕੀ ਨਾਂ ਹੈ ਜੀ? ਉਹਦਾ ਨਾਂ ਹੈਗਾ ਜੀ ਮੰਦਰ ਸਿੰਘ ਹੈ ਜੀ, ਪੁੱਤਰ ਕਰਤਾਰ ਸਿੰਘ, ਵਾਸੀ ਪੱਕਾ ਕਲਾਂ ਜੀ, 60 ਸਾਲ ਉਮਰ ਹੈ ਜੀ। ਠੀਕ ਹੈ ਜੀ। ਅਤੇ ਹੁਣ ਘੋੜੇ ਚਾਲਕ ਦਾ ਕੀ, ਆਪਾਂ ਭਾਲ ਜਾਰੀ ਹੈ ਜਾਂ ਕਿਵੇਂ ਜੀ? ਉਹਦੀ ਭਾਲ ਕਰ ਰਹੇ ਹਾਂ ਜੀ, ਅਤੇ ਜੋ ਪਰਿਵਾਰ ਵਾਲੇ ਆਉਣਗੇ ਜੋ ਕਾਰਵਾਈ ਕਹਿਣਗੇ ਉਹਨਾਂ ਦੇ ਮੁਤਾਬਕ ਉਹ ਕਾਰਵਾਈ ਕਰਾਈ ਜਾਏਗੀ। ਉਹਨਾਂ ਨੂੰ ਥਾਣੇ ਆਉਣ ਦਾ ਟਾਈਮ ਦਿੱਤਾ ਜੀ। ਡੈੱਡ ਬੋਡੀ ਹੈ ਉਹ ਐਂਬੂਲੈਂਸ ਰਾਹੀਂ ਸਾਰਾ ਸੰਗਤ ਰਾਹੀਂ ਹਸਪਤਾਲ ਆਪਣੇ ਬਠਿੰਡਾ ਛੱਡ ਦਿੱਤੀ ਗਈ। ਹਾਂਜੀ ਭਾਅ ਜੀ, ਕੀ ਨਾਂ ਜੀ? ਮੇਰਾ ਸੰਦੀਪ ਕੁਮਾਰ, ਸੰਗਤ ਸਹਾਰਾ ਤੋਂ ਜੀ। ਕੀ ਘਟਨਾ ਘਟੀ ਅੱਜ ਜੀ ਆਪਣੇ? ਅੱਜ ਇੱਕ ਮਛਾਣਾ ਬੱਸ ਸਟੈਂਡ 'ਤੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਵਿਅਕਤੀ ਟਰੱਕ ਅਤੇ ਦਰਖਤ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕਾਫੀ ਮੁਸ਼ੱਕਤ ਦੇ ਬਾਅਦ 4 JCB ਇੱਕ ਹਾਈਡਰੇ ਨਾਲ ਕੱਢਿਆ ਗਿਆ। ਅਤੇ ਬੰਦੇ ਦੀ ਮੌਤ ਹੋ ਚੁੱਕੀ ਸੀਗੀ ਜੀ? ਹਾਂਜੀ, ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀਗੀ ਜੀ। ਉਹਦਾ ਕੀ ਨਾਂ ਸੀ ਬੰਦੇ ਦਾ ਜੀ? ਬੰਦੇ ਦਾ ਨਾਮ ਮੰਦਰ ਸਿੰਘ ਦੱਸਿਆ ਜਾ ਰਿਹਾ ਜੀ, ਵਾਸੀ ਪੱਕਾ ਗਲਾ। ਤੁਸੀਂ ਕਿੱਥੇ ਛੱਡ ਕੇ ਆਉਂਦੇ ਜੀ? ਅਸੀਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਛੱਡ ਕੇ ਆਏ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।